ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ। ਪੰਜਾਬ ਹੈਰੀਟੇਜ ਦਾਸਤਾਨ ਮੇਰਾ ਬਿਲਕੁਲ ਨਵੇਕਲਾ ਜਿਹਾ ਪ੍ਰੋਜੈਕਟ ਸ਼ੁਰੂ ਹੋਣ ਲਈ ਜਾ ਰਿਹਾ, ਜਿਹਦੇ 'ਚ ਪੰਜਾਬ ਦੀ ਡਿਫਰੈਂਟ ਸਟੋਰੀਜ਼ ਜਿਹੜੀਆਂ ਨੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ, ਲਾਈਕ ਆ ਪੰਜਾਬੀ ਕਲਚਰ ਐਂਡ ਹੈਰੀਟੇਜ, ਲਾਈਕ ਆ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ ਔਰ ਖੋਰੇ ਸੱਚ ਸੰਤਾਲੀ ਦੇ, ਖੋਰੇ ਸੱਚ ਸੰਤਾਲੀ ਦੇ ਲੈ ਕੇ ਜਾਂ ਬਿਟਰ ਟਰੁੱਥਸ ਔਫ ਪਾਕਿਸਤਾਨ 1947 ਨੂੰ ਲੈ ਕੇ ਮੈਂ ਅੱਜ ਪਹੁੰਚਿਆ ਵਾਂ ਪਿੰਡ ਨਿਦੋਕੇ ਲਾਹੌਰ ਤੋਂ। ਅਗਰ ਤੁਸੀਂ ਨਾਰੋਵਾਲ ਆਓ ਔਰ ਨਾਰੋਵਾਲ ਤੋਂ ਫਿਰ ਨਾਰੋਵਾਲ ਦੇ ਕਰੀਬ ਸਟੋਪ ਹੈ ਬੁੱਢਾ ਟੋਲਾ, ਔਰ ਬੁੱਢੇ ਟੋਲਾ ਤੋਂ ਤੁਸੀਂ ਅਗਰ ਆਉਂਦੇ ਹੋ ਲੈਫਟ ਸਾਈਡ ਦੇ ਅੰਦਰ ਤਕਰੀਬਨ ਕੋਈ 3.5 ਤੋਂ 4 ਕਿਲੋਮੀਟਰ ਦੇ ਕਰੀਬ ਤੁਸੀਂ ਅਗਰ ਅੰਦਰ ਆਉਂਦੇ ਹੋ ਤਾਂ ਪਿੰਡ ਤੁਹਾਨੂੰ ਮਿਲਦਾ ਨਿਦੋਕੇ। ਨਿਦੋਕੇ ਦੇ ਨਾਲ ਲੋਕਾਂ ਦੀਆਂ ਜੁੜੀਆਂ ਹੋਈਆਂ ਯਾਦਾਂ, ਸ਼ਾਇਦ ਇੱਕ ਫੈਮਿਲੀ ਨੇ ਮੇਰੇ ਨਾਲ ਰਾਬਤਾ ਕੀਤਾ, ਲੇਕਿਨ ਇੱਥੇ ਕਾਫੀ ਜ਼ਿਆਦਾ ਸਾਰੀਆਂ ਫੈਮਿਲੀਆਂ ਸਨ, ਉਹਨਾਂ ਦੇ ਇਹ ਬਜ਼ੁਰਗ ਜਿਹੜੇ ਨੇ ਇੱਕ ਗਵਾਹੀ ਦੇ ਤੌਰ ਦੇ ਉੱਤੇ, ਸਮਝ ਲਓ ਤੁਸੀਂ ਇੱਕ ਵਿਟਨੈਸ ਦੇ ਤੌਰ 'ਤੇ, ਪ੍ਰਾਇਮਰੀ ਸੋਰਸ ਦੇ ਤੌਰ ਦੇ ਉੱਤੇ ਅੱਲਾਹ ਤਾਲਾ ਨੇ ਇਹਨਾਂ ਨੂੰ ਹਾਲੇ ਤੱਕ ਹਯਾਤੀ ਦਿੱਤੀ ਹੋਈ ਹੈ, ਔਰ ਇਹਨਾਂ ਦੀਆਂ ਜਿਹੜੀਆਂ ਮਿੱਠੀਆਂ ਮਿੱਠੀਆਂ ਯਾਦਾਂ ਜਿਨ੍ਹਾਂ ਨੂੰ ਬਾਰ ਬਾਰ ਸੁਣਾਉਣ ਲੱਗਿਆਂ ਇਹਨਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ, ਇਹਨਾਂ ਦੀ ਆਵਾਜ਼ ਬਿਲਕੁਲ ਰੋਣ ਵਾਲੀ ਹੋ ਜਾਂਦੀ ਹੈ। ਉਹੀ ਯਾਦਾਂ ਨੂੰ ਲੈ ਕੇ ਮੈਂ ਮੇਰੇ ਦੋਸਤ ਸਰਦਾਰ ਨਵਦੀਪ ਸਿੰਘ ਜੀ ਔਰ ਉਹਨਾਂ ਦੇ ਫਾਦਰ ਜਿਹੜੇ ਨੇ ਸਰਦਾਰ ਜਸਵੰਤ ਸਿੰਘ ਜੀ, ਜਿਹੜੇ ਗਿੱਲ ਫੈਮਿਲੀ ਨਾਲ ਤਲਕ ਰੱਖਦੇ ਨੇ ਲੇਕਿਨ ਉਹਨਾਂ ਨੂੰ ਪੂਰੇ ਵਾਲਾ ਕਿਹਾ ਜਾਂਦਾ ਸੀ, ਮੈਂ ਉਹਨਾਂ ਦੇ ਫੁੱਟਸਟੈਪਸ ਲੱਭਣ ਵਾਸਤੇ ਅੱਜ ਮੈਂ ਪਹੁੰਚਿਆ ਹਾਂ, ਔਰ ਮੈਂ ਪਿੰਡ ਦੇ ਦਾਇਰੇ 'ਚ ਇਸ ਵੇਲੇ ਬੈਠਾ ਵਾਂ। ਦਾਇਰਾ ਉਸ ਜਗ੍ਹਾ ਨੂੰ ਕਿਹਾ ਜਾਂਦਾ ਜਿੱਥੇ ਕਿ ਦਿਨ ਦੁਪਹਿਰੇ ਜਾਂ ਸ਼ਾਮ ਨੂੰ ਲੋਕ ਇਕੱਠੇ ਹੁੰਦੇ ਸੀ, ਆਪਸ 'ਚ ਦੁੱਖ ਸੁੱਖ ਦੀ ਗੱਲਬਾਤ ਕਰਦੇ ਸਨ, ਔਰ ਸਵਾਣੀਆਂ ਇੱਕ ਪਾਸੇ ਬੈਠਦੀਆਂ ਸਨ ਔਰ ਆਦਮੀ ਇੱਕ ਪਾਸੇ ਬੈਠਦੇ ਸਨ, ਸਾਰੇ ਆਪਣੀਆਂ ਆਪਣੀਆਂ ਗੱਲਾਂ ਬਾਤਾਂ ਦੇ 'ਚ ਮਸਰੂਫ ਹੁੰਦੇ ਸੀ ਕਿਉਂਕਿ ਇਲੈਕਟ੍ਰਿਕਸਿਟੀ ਤਾਂ ਹੁੰਦੀ ਨਹੀਂ ਸੀ, ਅਤੇ ਇਹ ਬਾਬਾ ਬੋਰਡ ਜਿਹੜਾ ਸਦੀਆਂ ਤੋਂ ਛਾਂ ਕੀਤਾ ਹੋਇਆ, ਇਹ ਉਸ ਵੇਲੇ ਵੀ ਮੌਜੂਦ ਸੀ ਜੀ। ਬਾਬਾ ਜੀ ਦਾ ਨਾਮ ਹੈ ਮੁਹੰਮਦ ਸ਼ਫੀ ਔਰ ਇਹਨਾਂ ਨੇ ਇੱਥੇ ਦੀ ਜਿਤਨੀ ਸਿੱਖ ਫੈਮਿਲੀਜ਼ ਨੇ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਔਰ ਉਹਨਾਂ ਨਾਲ ਕੀ ਵਰਤਿਆ, ਇੱਥੋਂ ਜਾਣ ਲੱਗਿਆ ਜਾਂ ਉਹਨਾਂ ਦੇ ਨਾਲ ਕੀ ਬੀਤੀ ਉਹ ਗੱਲ ਦੱਸਣਗੇ। ਜਿੱਥੋਂ ਆਵਾਜ਼ ਥੋੜ੍ਹੀ ਜਿਹੀ ਘੱਟ ਹੋਏਗੀ ਉੱਥੋਂ ਮੈਂ ਰਿਪੀਟ ਕਰਕੇ ਤੁਹਾਨੂੰ ਮੈਂ ਦੱਸਾਂਗਾ। ਬਾਬਾ ਜੀ, ਤੁਸੀਂ 47 ਦਾ ਜਦੋਂ ਐਲਾਨ ਹੋ ਗਿਆ ਕਿ ਵੀ 1947 ਦੇ 'ਚ ਵੀ ਪਾਕਿਸਤਾਨ ਜਿਹੜਾ ਬਣ ਗਿਆ ਔਰ ਪੰਜਾਬ ਦੀ ਵੰਡ ਪੈ ਗਈ ਹੈ, ਪੰਜਾਬ ਦੋ ਟੋਟਿਆਂ ਦੇ ਵਿੱਚ ਹੋ ਗਿਆ, ਮਸ਼ਰਕ ਵਾਲਾ ਅਲੈਦਾ ਔਰ ਮਗਰਬ ਵਾਲਾ ਪੰਜਾਬ ਅਲੈਦਾ ਹੋ ਗਿਆ, ਅਤੇ ਪਿੰਡ ਦੀ ਕੀ ਹਾਲਤ ਸੀ ਉਸ ਵੇਲੇ? ਜਦੋਂ ਬੰਦੇ ਇਕੱਠੇ ਹੋ ਜਾਂਦੇ ਹਨ ਉਦੋਂ ਆਖਣਾ ਪਏ, ਜੇ ਮੁਸਲਮਾਨਾਂ ਦਾ ਜਥਾ ਹੈ ਤਾਂ ਮੁਸਲਮਾਨ ਆਖਣਾ ਅਸੀਂ ਦੱਕਾਂ, ਜੇ ਸਿੱਖਾਂ ਦਾ ਹੋਣਾ ਤਾਂ ਉਹਨਾਂ ਆਖਣਾ ਪਏ ਅਸੀਂ ਦੱਕਾਂ। ਇਸੇ ਕਰਕੇ ਜਿਹਨੇ ਸਾਨੂੰ ਮੁਹੱਬਤ ਨਾਲ ਅਤੇ ਫਿਰ ਧੀਆਂ ਭੈਣਾਂ ਜਦੋਂ ਆਉਂਦੀਆਂ ਰਹੀਆਂ ਨੇ ਉੱਧਰੋਂ ਜਿਹੜੀਆਂ ਆਉਂਦੀਆਂ ਰਹੀਆਂ ਨੇ ਆਪਾਂ ਪਾਣੀ ਪਾਣੀ ਪੁੱਛਣਾ, ਉਹਨਾਂ ਆਖਣਾ ਨਹੀਂ ਸਾਨੂੰ ਨਾ ਰੋਕੋ ਪਾਲਣ ਕਰ ਦਿਓ ਸਾਨੂੰ ਪਾਲ ਪਾਲ ਅਤੇ ਅਸਾਂ ਰੋਣਾ ਰੋਣਾ ਨੰਗੇ ਪੈਰੀ ਨੰਗੇ ਸਿਰ, ਬੜੀਆਂ ਤਕਲੀਫਾਂ ਹੋਈਆਂ ਨੇ ਉਦੋਂ ਅਤੇ ਚੱਜ। ਦੇਖੋ ਗੱਲ ਫਿਰ ਉਹੀ ਆ ਗਈ ਹੈ ਕਿ ਜਦੋਂ ਫੱਟ ਲੱਗਦਾ ਪੰਜਾਬੀਆਂ ਦੇ ਸੀਨੇ ਦੇ ਉੱਤੇ, ਪੰਜਾਬ ਨੂੰ ਦੋ ਟੋਟੇ ਕਰਕੇ ਵੰਡਿਆ ਜਾਂਦਾ ਹੈ, ਅਤੇ ਦੱਸ ਰਹੇ ਨੇ ਕਿ ਉਸ ਵੇਲੇ ਬਹੁਤ ਹੀ ਤਕਲੀਫ ਦਾ ਮਲ ਸੀ, ਸਾਰੇ ਰੋਂਦੇ ਸਨ ਵਿਚਾਰੇ ਨੇ, ਸਾਰੀ ਖਲਕ ਇਕੱਠੀ ਕੀਤੀ ਸੀ, ਜਨਾਨੀਆਂ ਸੀ ਬੰਦੇ ਸੀ, ਮੇਰੇ ਕੋਲ ਆ ਜਾਓ ਕੋਈ ਤਕਲੀਫ ਅਤੇ ਕੀ ਇੱਥੇ ਕੋਈ ਕੱਟ ਵੱਡ ਹੋਈ ਜਦੋਂ ਇੱਥੇ ਸਾਡੇ ਹਾਂਜੀ ਸਾਡੇ ਇੱਥੇ ਪਿੰਡ ਨੇ ਹੋਈ ਅਤੇ ਬਾਅਦ 'ਚ ਹੋਈ ਜਦੋਂ ਪਿੰਡੋਂ ਚਲੇ ਗਏ ਤਾਂ ਫਿਰ ਹੋਈ ਹੈ ਬਾਹਰ ਜਾ ਕੇ, ਕੀ ਪਤਾ ਲੱਗਾ ਕਿ ਵੀ ਕਿੰਨੇ ਲੋਕ ਮਾਰੇ ਗਏ? ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿੱਚੋਂ ਬਾਹਿਫਾਜ਼ਤ ਨਿਕਲ ਗਏ ਸਨ ਲੇਕਿਨ ਪਿੰਡੋਂ ਜਦੋਂ ਬਾਹਰ ਬਾਹਰ ਚਲੇ ਗਏ ਨੇ ਅਤੇ ਫਿਰ ਕਹਿ ਰਹੇ ਨੇ ਕਿ ਕਾਫੀ ਜਿਹੜੀ ਕਰਾਵ ਵਾਲੇ ਦਾ ਜਸਾ ਸੀ ਸਿੱਖਾਂ ਦਾ ਇਕੱਠਾ ਹੋਇਆ, ਉਹਨਾਂ ਤੋਂ 10 ਬੰਦੇ ਇੱਥੇ ਠੇਠਰ ਵਾਲੀ ਮਾਰ ਖੜੇ ਸਨ। ਕਿੱਥੇ ਮਾਰੇ ਸੀ? ਠੇਠਰ ਵਾਲੀ। ਠੇਠਰ ਵਾਲੀ ਕਿੱਥੇ ਕਰਕੇ ਆਉਂਦਾ? ਅੱਛਾ ਅੱਛਾ ਦੁਪਹਿਰਾਂ ਨੂੰ ਸਿੱਖੇ ਮਾਰ ਫਿਰ ਜਸਾ ਜਿਹੜਾ ਇਹ ਫਿਰ ਉਸ
ਮੰਡਿਆਲਾ ਵੀ ਮੈਂ ਗਿਆ ਵਾਂ ਜੀ। ਕੁੱਲਾ ਮੰਡਿਆਲਾ ਉਸ ਕੁੱਲੇ ਮੰਡਿਆਲੇ ਦੀ ਗੱਲ ਕਰ ਰਹੇ ਨੇ ਜਿੱਥੇ ਦਾ ਹੋਇਆ ਗੁਰਪ੍ਰੀਤ ਸਿੰਘ ਘੁੱਗੀ। ਈਸਟ ਪੰਜਾਬ ਦਾ ਪੰਜਾਬੀ ਸਟਾਰ ਡਰਾਮਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਅੱਜ ਕੱਲ੍ਹ ਜਿਹਨੇ ਬੜੀ ਧੁੰਮ ਮਚਾ ਰੱਖੀ ਹੈ, ਗੁਰਪ੍ਰੀਤ ਸਿੰਘ ਘੁੱਗੀ ਜਿਹੜਾ ਉਹ ਕੁੱਲੇ ਮੰਡਿਆਲੇ ਦਾ ਹੈ ਜੀ। ਉਹਨਾਂ ਦਾ ਪਿੰਡ ਮੈਂ ਆਲਰੇਡੀ ਦਿਖਾ ਚੁੱਕਿਆ ਵਾਂ, ਰਈਏ ਤੋਂ ਥੋੜ੍ਹਾ ਜਿਹਾ ਅੱਗੇ ਜਾਓ ਮੁਜਾਹਿਦ ਪਿੰਡ ਦੇ ਸਾਹਮਣੇ ਕੁੱਲਾ ਮੰਡਿਆਲਾ ਹੈ ਜੀ। ਇਹ ਉੱਥੇ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਤਾਇਆ ਜੀ ਉਹ ਸੂਬੇਦਾਰ ਸਨ, ਉਹਨਾਂ ਨੇ ਸਾਰੀ ਆਵਾਮ ਨੂੰ ਉੱਥੇ ਇਕੱਠਾ ਕੀਤਾ ਔਰ ਬਾਰਡਰ ਪਾਰ ਲੈ ਕੇ ਗਏ। ਦੇਖੋ ਜੀ, ਗੁਰਪ੍ਰੀਤ ਸਿੰਘ ਘੁੱਗੀ ਜੀ, ਨਵਦੀਪ ਸਿੰਘ ਔਰ ਜਸਵੰਤ ਸਿੰਘ ਗਿੱਲ ਜੀ, ਦੇਖੋ ਇਹ ਇੱਕ ਆਈ ਵਿਟਨੈਸ ਦੱਸ ਰਹੇ ਨੇ ਕਿ ਹੋਇਆ ਬਹੁਤ ਕੁਛ ਹੈ, ਲੇਕਿਨ ਪਿੰਡ ਤੋਂ ਬਾਹਰ ਜਾ ਕੇ ਹੋਇਆ, ਪਿੰਡ ਦੇ ਅੰਦਰ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਵੀ ਪਿੰਡ ਦੇ ਵਿੱਚ ਕੁਛ ਐਸਾ ਕਰ ਲਵੇ। ਅਤੇ ਤੁਸੀਂ ਕੀ ਸਮਝਦੇ ਹੋ ਕਿ ਇੰਨਾ ਪਿਆਰ ਸੀ, ਇੰਨਾ ਸਾਰਾ ਕੁਛ ਸੀ, ਅਤੇ ਇੱਕਦਮ ਨਫ਼ਰਤ ਕਿਵੇਂ ਹੋ ਗਈ ਸਾਰਿਆਂ ਦੀ ਆਪਸ 'ਚ? ਮੈਂ ਉਦੋਂ ਆਪਣੇ ਸਹੁਰੇ ਗਿਆ, ਆਪਣੇ ਰਿਸ਼ਤੇਦਾਰਾਂ ਨੂੰ ਲਾਇਆ, ਉਹ ਰਾਹ ਦੇ ਵਿੱਚ ਸਿੱਖ ਮੁੰਡੇ ਦੋ ਖਲੋਤੇ, ਉਹ ਆਉਂਦੇ ਨੇ ਆਇਆ ਮੁਸਲਾ। ਮੈਂ ਕਿਹਾ ਮੁਸਲੇ ਨੂੰ ਵੀ ਖਿਆਲ ਚੱਲਦਾ ਸਾਡੇ ਇੱਥੇ ਨਹੀਂ ਲੰਘਣ, ਉਹ ਮੈਂ ਚਲਾ ਗਿਆ ਜਾ ਕੇ ਜੀ ਆਉਂਦੇ ਆਪਣੇ। ਤੁਹਾਡੇ ਵਿਆਹ ਕਿੱਥੇ ਹੋਇਆ ਸੀ ਤੁਹਾਡਾ? ਸਨਖਤੇ, ਮੈਂ ਰਤੇ ਨੂੰ ਦੇਖਿਆ ਜੀ, ਰਤਾ ਉੱਥੇ ਮੇਲੋਵਾਲ ਦੇ ਲਾਗੇ ਹੀ ਹੈ ਨਾ, ਪੰਜ ਗ੍ਰਾਈ ਅਤੇ ਰਤਾ ਸਨਖਤਰਾ, ਫਿਰ ਅੱਗੇ ਸ਼ਾਹ ਗਰੀਬ ਈਸਾ। ਇਹ ਰਤੇ ਦੀ ਗੱਲ ਕਰ ਰਹੇ ਨੇ, ਪਿੰਡ ਸਨਖਤਰੇ ਦੇ ਕੋਲ। ਸਨਖਤਰਾ ਵੀ ਖੱਤਰੀਆਂ ਦਾ ਬਹੁਤ ਵੱਡਾ ਇੱਕ ਮਰਕਜ਼ ਸੀ। ਔਰ ਫਿਰ ਉਸ ਸਿੱਖਾਂ ਨੇ ਆਖਣਾ ਗੱਲ ਇਹ ਹੋ ਰਹੀ ਹੈ ਕਿ ਉਸ ਜਗ੍ਹਾ ਦੇ ਉੱਤੇ ਸਰਦਾਰਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਜਵਾਈ ਹੈ ਅਤੇ ਇਹਦੇ ਨਾਲ ਕੋਈ ਊਂਚ ਨੀਚ ਨਾ ਹੋ ਜਾਵੇ ਤਾਂ ਤੂੰ ਹਲੇ ਥੱਲੇ ਨਾ ਲਵੇ। ਇਹ ਵੀ ਦੇਖੋ ਇੱਕ ਪਿਆਰ ਦੀ ਗੱਲ ਇੱਕ ਸਾਹਮਣੇ ਹੋਰ ਆਉਂਦੀ ਹੈ। ਉਹ ਫਿਰ ਇਸੇ ਤਰ੍ਹਾਂ ਹੁੰਦਿਆਂ ਫਿਰ ਮਾਂ ਖਲਬੜੀ ਬਹੁਤੀ ਪੈ ਗਈ ਦੇ ਦੇ ਦੇ, ਅਤੇ ਨਾ ਕਿਤੇ ਕੋਈ ਜਾਣ ਦਿਓ ਕਦੇ ਨਾ ਆਊਗੀ। ਕਿਆ ਇੱਥੋਂ ਜਾਣ ਵਾਲੇ ਤੁਹਾਡੇ ਦੋਸਤ ਜਿਹੜੇ ਨੇ ਕਦੀ ਕੋਈ 47 ਤੋਂ ਬਾਅਦ ਮਿਲਣ ਵਾਸਤੇ ਆਇਆ? ਅੱਜ ਤੱਕ ਕੋਈ ਨਹੀਂ ਸੰਸਦਾ ਹੀ ਆਇਆ ਸੀ, ਉਹ ਕੁੜੀਆਂ ਆਈਆਂ ਸਨ। ਹਾਂ, ਉਹਨਾਂ ਦੀ ਧੀ ਆਈ ਸੀ, ਇੱਕ ਬੇਟਾ ਆਇਆ ਸੀ ਤੇ ਇੱਕ ਉਹਦਾ ਪਿਓ ਆਇਆ ਸੀ ਤੇ ਇੱਕ ਬੇਟੀ ਆਈ, ਇੱਕ ਮਾਂ ਉਹਦੀ ਆਈ ਸੀ, ਫੈਮਿਲੀ ਆਈ ਸੀ। ਅੱਛਾ ਅੱਛਾ, ਐਮ ਤੁਹਾਡੀ ਭੂਆ ਜੀ ਦੀ ਗੱਲ ਕਰ ਰਹੇ ਨੇ ਵੀਰ ਨਵਦੀਪ ਜੀ, ਕਿ ਉਹ ਜਦੋਂ 70s ਦੇ ਵਿੱਚ ਆਏ ਸਨ ਅਤੇ ਉਸ ਵੇਲੇ ਦੱਸ ਰਹੇ ਨੇ ਕਿ ਮੈਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ ਅਤੇ ਇਸ ਵਾਸਤੇ ਮੇਰੀ ਉਹਨਾਂ ਨਾਲ ਮੁਲਾਕਾਤ ਨਾ ਹੋ ਸਕੀ। ਅੱਛਾ, ਤੁਸੀਂ ਇੱਕ ਦੱਸ ਰਹੇ ਸੀ ਕਿ ਤੁਹਾਡੇ ਪਿੰਡ ਦਾ ਤੁਹਾਡਾ ਇੱਕ ਆਪਣਾ ਡਿਊਟੀਦਾਰ ਸੀ ਜਿਹਦੇ ਨਾਲ ਤੁਹਾਡਾ ਬੜਾ ਪਿਆਰ ਸੀ, ਕੀ ਨਾਮ ਦੱਸਿਆ ਤੁਸੀਂ ਉਹਦਾ? ਰਤਨ ਰਤਨ ਰਤਨਦਾਸ ਜੀ ਸੀ ਉਹ ਬੰਦਾ, ਰਤਨਦਾਸ। ਅੱਛਾ, ਰਤਨਦਾਸ ਦੱਸ ਰਹੇ ਨੇ ਜੀ। ਅਗਰ ਨਵਦੀਪ ਜੀ ਰਤਨਦਾਸ ਨਾਮੀ ਇਹਨਾਂ ਦੇ ਦੋਸਤ ਅਗਰ ਹਯਾਤ ਨੇ, ਤੁਸੀਂ ਦੱਸ ਰਹੇ ਬਣਿਆ ਸੀ ਮੇਰਾ ਭਰਾ ਬਣਿਆ ਸੀ ਗੁਰਦਾਸਪੁਰ, ਦੱਸਦੇ ਨੇ ਕਿ ਇੱਥੋਂ ਲੋਕ ਮਾਈਗ੍ਰੇਟ ਕਰਕੇ ਗਏ ਨੇ। ਅਗਰ ਮੇਰਾ ਕੋਈ ਵੀਰ ਗੁਰਦਾਸਪੁਰ ਤੋਂ ਜਿਹੜਾ ਉਹ ਸੁਣ ਰਿਹਾ ਮੇਰੀ ਗੱਲ ਨੂੰ, ਕਿਉਂਕਿ ਮੇਰੇ ਫੋਲੋਅਰਸ ਦੀ ਤਾਦਾਦ ਅਲਹਮਦੁਲਿਲਾ ਬਹੁਤ ਜ਼ਿਆਦਾ, ਮੈਂ ਕਹਾਂਗਾ ਕਿ ਇਹਨਾਂ ਬਜ਼ੁਰਗਾਂ ਨੂੰ ਦੇਖੋ। ਇਹਨਾਂ ਦਾ ਨਾਮ ਮੁਹੰਮਦ ਸ਼ਫੀ, ਪਿੰਡ ਇਹਨਾਂ ਦਾ ਨਿਦੋਕੇ, ਔਰ ਤਹਿਸੀਲ ਜਿਹੜੀ ਸੀ ਉਸ ਵੇਲੇ ਨਾਰੋਵਾਲ ਸੀ, ਹੁਣ ਤਾਂ ਡਿਸਟ੍ਰਿਕਟ ਨਾਰੋਵਾਲ ਹੈ। ਔਰ ਇਸ ਵੇਲੇ ਪਹਿਲੇ ਤਾਂ ਤਹਿਸੀਲ ਬਟਾਲਾ ਔਰ ਡਿਸਟ੍ਰਿਕਟ ਜਿਹੜਾ ਸੀ ਗੁਰਦਾਸਪੁਰ ਹੁੰਦਾ ਸੀ, ਅਤੇ ਹੁਣ ਤਾਂ ਸਿਆਲਕੋਟ ਡਿਸਟ੍ਰਿਕਟ ਬਣ ਗਿਆ, ਨਾਰੋਵਾਲ ਜਿਹੜਾ ਇਹਨਾਂ ਦਾ ਡਿਸਟ੍ਰਿਕਟ ਬਣ ਚੁੱਕਿਆ ਵੇ। ਅਤੇ ਅਗਰ ਮੇਰਾ ਕੋਈ ਵੀਰ, ਅਗਰ ਕੋਈ ਮੇਰਾ ਦੋਸਤ ਜਿਹੜਾ ਹੈ ਕਿ ਇਹਨਾਂ ਇਸ ਪਿੰਡ ਤੋਂ ਗਏ ਹੋਏ ਕਿਸੇ ਬੰਦੇ ਨਾਲ ਇਹਨਾਂ ਦੀ ਗੱਲ ਕਰਵਾਏ ਤਾਂ ਮੈਨੂੰ ਬਹੁਤ ਹੀ ਖੁਸ਼ੀ ਹੋਏਗੀ, ਔਰ ਫਿਰ ਮੈਨੂੰ ਇੱਕ ਵਾਰੀ ਅਸ਼ਰਫ ਹਾਸਲ ਹੋਏਗਾ ਜਿਸ ਤਰ੍ਹਾਂ ਮੈਂ ਪਹਿਲੇ 68 ਸਾਲ ਪੁਰਾਣੇ ਦੋ ਦੋਸਤਾਂ ਨੂੰ ਆਪਸ 'ਚ ਮਿਲਵਾਇਆ ਔਰ ਉਹਨਾਂ ਦੀ ਆਪਸ ਵਿੱਚ ਗੱਲ ਕਰਾਈ। ਅੱਖਾਂ ਤਾਂ ਮੇਰੀਆਂ ਵੀ ਉਸ ਵੇਲੇ ਭਿੱਜ ਗਈਆਂ ਸਨ ਹੰਝੂਆਂ ਦੇ ਨਾਲ, ਲੇਕਿਨ ਅਗਰ ਇਹਨਾਂ ਦੀ ਉਮਰ ਦਾ ਤਕਾਜ਼ਾ ਦੇਖਿਆ ਜਾਏ ਤਾਂ ਉਮਰ ਬਹੁਤ ਜ਼ਿਆਦਾ ਹੈ, ਔਰ ਅੱਜ ਵੀ ਦੇਖੋ ਆਪਣੇ ਸੀਨੇ 'ਚ ਜਿਹੜੀਆਂ ਜ਼ਿੰਦਾ ਯਾਦਾਂ ਨੇ ਉਹਨਾਂ ਨੂੰ ਲੈ ਕੇ ਇਹ ਬੈਠੇ ਹੋਏ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸ ਵਾਵਾ ਜੀ, ਔਰ ਤੁਸੀਂ ਦੇਖ ਰਹੇ ਹੋ ਖੋਰੇ ਸੱਚ 47 ਦੇ, ਫਿਰ ਹਾਜ਼ਰ ਹੋਵਾਂਗਾ ਸਰਕਾਰ ਮੇਰੀ ਇੱਥੋਂ ਲਾਗ ਸੀ।
ਸਿੱਖਾਂ ਦਾ ਕੰਮ ਜੀ ਧੀ ਭੈਣ ਹੋਏ ਨਾ ਘੋੜੀ ਦੇ ਦੇਣੀ ਗੱਲ ਚੰਗਾ ਵਰਤਦੇ ਸਨ ਕਿਸੇ ਨਾਲ ਕੋਈ ਕਪੱਤ ਨਹੀਂ ਛਪੱਤ ਨਹੀਂ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮਾਸੀ ਅਤੇ ਮੁਸਲਮਾਨ ਅਤੇ ਸਿੱਖੀ ਕੋਈ ਨਹੀਂ ਕੋਈ ਗੱਲ ਹੀ ਨਹੀਂ ਸੀ ਸਿੱਖ ਮੁਸਲਿਮ ਏਕਤਾ ਦੀ ਗੱਲ ਹੋ ਰਹੀ ਹੈ ਕਿ ਸਿੱਖ ਮੁਸਲਿਮ ਏਕਤਾ ਜਿਹੜੀ ਹੈ ਉਹ ਦੱਸ ਰਹੇ ਨੇ ਕਿ ਇੰਨੀ ਜ਼ਿਆਦਾ ਸੀ ਕੋਈ ਕਿਸੇ ਵਿੱਚ ਫਰਕ ਨਹੀਂ ਸੀ ਕਰਦਾ ਕੋਈ ਗੱਲ ਹੀ ਨਾ ਹੀ ਸਿੱਖ ਧਰਮ ਦੇ ਲੋਕ ਮੁਸਲਮਾਨਾਂ 'ਚ ਫਰਕ ਕਰਦੇ ਸੀ ਔਰ ਨਾ ਹੀ ਮੁਸਲਮਾਨ ਜਿਹੜੇ ਸਨ ਵਿਆਹ ਸ਼ਾਦੀ ਹੋਣਾ ਤਾਂ ਵੀ ਕੱਚੇ ਜਦੋਂ ਔੜਕਾਂ ਲੱਗੀਆਂ ਹੋਣੀਆਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਖੋਰੇ ਸੱਚ 47 ਦੇ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।